सत श्री अकाल, तुसी वेख रहे हो अजीत वैब टीवी ते मैं हाँ थोड़े नाल इंदरप्रीत कौर पन्नू। केंद्र सरकार वालों लियांदे ते पास कराए गए खेतीबाड़ी नाल संबंधित तीन आर्डीनेंसा के खिलाफ अज पंजाब बंद का सद्दा दिता गया सी। तमाम किसान ते किसान जथेबंदियां वालों जिन्हां नूं वख-वख सियासी पार्टी दे नाल संबंधित आगुआं दा ते कलाकारां दा जिहड़ा इत्थे हुंगारा जिहड़ा है साथ मिलदा जरूर पंजाब दे विच नजर आया। ते अज जेकर पंजाब दी गल कीती जावे तां पंजाब जिहड़ा उस नूं मुकम्मल तौर ते बंद कीता गया। किसान जिहड़े ने उह धरने दे रहे ने थां-थां दे उप्पर, जिस तरह उहनां वालों रेल रोकण वास्ते जो ट्रैक उन्होंने भी जाम किया गया है। कल दियां जिहड़ियां तस्वीरां लगातार तुहानू दिखा रहे हैं, पर जिथे एक पासे असीं गल कर रहे हैं पंजाब दी, पंजाब दे विच या हरियाणा दे विच किसान जथेबंदियां ते किसान अपना तिखा अंदोलन करदे नजर आ रहे हैं, पर इस दी चिंगारी जिहड़ी है ओह विदेशां दे विच भी देखण नू मिल रही है। क्योंकि विदेश की धरती के उपर वसे हुए जिहड़े पंजाबी ने भारती ने उन्हां वल्लों भी इस नूं लैके अपना गुस्सा दिखाया जा रहा है। सो जेकर इंग्लैंड की गल की जाए तो इंडियन वर्क्स एसोसीएशन ग्रेट ब्रिटेन के जिहड़े आगू ने उन्होंने जिहड़े किसान जथेबंदियां ने किसान उन्हां दे हक दे विच आवाज़ बुलंद की है, जिथे उन्होंने प्रधानमंत्री नरेंद्र मोदी ते नाल दी नाल इंडियन हाई कमिशन लंडन नूं जिहड़ा एक मंग पत्र सौंपया है, जिथे यही गल कही जा रही है कि किसानां दीआं जिहड़ियां इह मंगां ने उन्हां नूं मन्निया जावे। ते उन्हां वल्लों इह गल कह दित्ती गई है कि जेकर सरकार इस तों बाद मंगां नूं पूरा नहीं करदी तां जेकर कोई सरकारी नुमाइंदा लंडन दे विच आउंदा है, इंग्लैंड दे विच आउंदा है, तां उस नूं रोकिया जरूर जाएगा। सो साडे नाल साडे सहयोगी सुखजिंदर टड्डे जुड़े हुए ने, जिहड़े तस्वीरां उत्थों दीआं साडे तक पहुंचा रहे ने। सो सिद्धा रुक करदे आं सुखजिंदर टड्डे दा कि उत्थे जिहड़े विदेशां दे विच किस तरह जिहड़े पंजाबी ने उहनां वल्लों किसानां दे हक दे विच आवाज़ बुलंद कीती जा रही है। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਅਜੀਤ ਵੈਬ ਟੀਵੀ। ਮੈਂ ਹਾਂ ਇੰਗਲੈਂਡ ਦੇ ਸਰ ਲੈਕਟਰ ਤੋਂ ਸੁਖਜਿੰਦਰ ਸਿੰਘ ਟੱਡੇ। ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਕੇਂਦਰ ਸਰਕਾਰ ਵੱਲੋਂ, ਭਾਰਤ ਦੀ ਕੇਂਦਰ ਸਰਕਾਰ ਵੱਲੋਂ ਜਿਹੜਾ ਇੱਕ ਬਿੱਲ ਲਿਆਂਦਾ ਗਿਆ, ਜਿਸ ਦੇ ਵਿਰੁੱਧ 'ਚ ਜਿਹੜੇ ਪੰਜਾਬ ਅਤੇ ਹਰਿਆਣਾ ਦੇ ਜਿਹੜੇ ਕਿਸਾਨ ਹੈ ਉਹ ਸੜਕਾਂ 'ਤੇ ਆਏ ਨੇ, ਧਰਨੇ ਲਾ ਰਹੇ ਨੇ। ਅਤੇ ਇਸ ਦੇ ਸੰਬੰਧ 'ਚ ਅੱਜ ਜਿਹੜਾ ਇੰਗਲੈਂਡ ਦੀ ਇੰਡੀਅਨ ਵਰਕਰਸ ਐਸੋਸੀਏਸ਼ਨ ਵੱਲੋਂ ਜਿਹੜਾ ਆ ਕਿਸਾਨਾਂ ਦੇ ਹੱਕ 'ਚ ਨਿਤਰਦੇ ਆ, ਉਹਨਾਂ ਦਾ ਸਮਰਥਨ ਕਰਨ ਦਾ ਐਲਾਨ ਕੀਤਾ ਆ। ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਇੱਕ ਮੰਗ ਪੱਤਰ ਲਿਖ ਕੇ ਜਿਹੜਾ ਆ ਇਸ ਸੋਧ ਬਿੱਲ 'ਤੇ ਜਿਹੜਾ ਦੁਬਾਰਾ ਵਿਚਾਰ ਕਰਨ ਲਈ ਜਿਹੜੀ ਆ ਉਹ ਅਪੀਲ ਕੀਤੀ ਗਈ ਹੈ। ਇਸ ਮੌਕੇ ਸਾਡੇ ਨਾਲ ਹਾਜ਼ਰ ਨੇ ਜੀ ਇੰਡੀਅਨ ਵਰਕਰਸ ਐਸੋਸੀਏਸ਼ਨ ਗ੍ਰੇਟ ਬ੍ਰਿਟੇਨ ਦੇ ਜਨਰਲ ਸਕੱਤਰ ਸ਼ੀਤਲ ਸਿੰਘ ਗਿੱਲ ਜੀ, ਉਹਨਾਂ ਨਾਲ ਅਸੀਂ ਕਰਦੇ ਹਾਂ ਗੱਲਬਾਤ ਕਿ ਉਹ ਇਸ ਸੰਬੰਧੀ ਕੀ ਕਹਿਣਾ ਚਾਹੁੰਦੇ ਨੇ। ਸਭ ਤੋਂ ਪਹਿਲਾਂ ਤੁਹਾਡਾ ਵੈਬ ਟੀਵੀ ਦਾ ਸਵਾਗਤ ਹੈ ਜੀ ਵੈਬ ਟੀਵੀ 'ਤੇ। ਅਤੇ ਤੁਸੀਂ ਗਿੱਲ ਸਾਹਿਬ, ਤੁਹਾਡਾ ਕੀ, ਤੁਹਾਡੀ ਐਸੋਸੀਏਸ਼ਨ ਨੂੰ ਕੀ ਉਹਨਾਂ ਨੂੰ ਕਿਸਾਨਾਂ ਸਮਰਥਨ ਦਿੱਤਾ ਜਾ ਰਿਹਾ ਇੱਥੇ ਰਹਿ ਕੇ, ਅਤੇ ਕੀ ਤੁਸੀਂ ਮੰਗ ਕਰਦੇ ਜੀ ਭਾਰਤ ਸਰਕਾਰ? ਹਾਂਜੀ, ਸਭ ਤੋਂ ਪਹਿਲਾਂ ਤਾਂ ਅਜੀਤ ਵੈਬ ਦਾ ਬਹੁਤ, ਸੀ ਟੀ ਵੀ ਦਾ ਬਹੁਤ ਧੰਨਵਾਦ ਕਰਦੇ ਹੈਗੇ ਹਾਂ। ਤੁਸੀਂ ਟਾਈਮ ਟੂ ਟਾਈਮ ਬਹੁਤ ਹੀ ਵਧੀਆ ਖਬਰਾਂ ਜਿਹੜੀਆਂ ਸਾਡੀ ਸਮੁੱਚੀ ਕਮਿਊਨਿਟੀ ਨਾਲ ਕੰਸਰਨ ਹੁੰਦੀਆਂ ਉਹ ਕਵਰ ਕਰਦੇ ਹਾਂ। ਜਿਹੜਾ ਤੁਸੀਂ ਕਿਹਾ ਹੈਗਾ ਵੀ ਅਸੀਂ ਕੀ ਕਰ ਰਹੇ ਹੈਗੇ ਹਾਂ, ਇੰਡੀਅਨ ਵਰਕ ਐਸੋਸੀਏਸ਼ਨ ਗ੍ਰੇਟ ਬ੍ਰਿਟੇਨ ਨੇ ਇਹ ਯੂਨੈਨੀਮਸਲੀ ਸਾਰੇ ਗ੍ਰੇਟ ਬ੍ਰਿਟੇਨ ਵਿੱਚ ਇਹ ਫੈਸਲਾ ਕੀਤਾ ਹੈਗਾ ਵੀ ਅਸੀਂ ਫੈਸਲਾ ਕਰਦੇ ਹੋਏ ਇਸ ਜਿਹੜਾ ਉੱਥੇ ਮੋਦੀ ਸਰਕਾਰ ਵੱਲੋਂ ਰੀਸੈਂਟਲੀ ਬਿੱਲ ਪਾਸ ਕੀਤੇ ਗਏ ਤਿੰਨ ਫਾਰਮ ਬਿੱਲ, ਉਹਨਾਂ ਦੀ ਪੁਰਜ਼ੋਰ ਸ਼ਬਦਾਂ ਵਿੱਚ ਨਿਖੇਧੀ ਕਰਦੇ ਹਾਂ ਕਿ ਉਹਨਾਂ ਨੂੰ ਇਸ ਤਰ੍ਹਾਂ ਕਰਨਾ ਨਹੀਂ ਚਾਹੀਦਾ ਸੀ। ਉਹਨਾਂ ਨੂੰ ਚਾਹੀਦਾ ਸੀਗਾ ਕਿਸਾਨ ਜਥੇਬੰਦੀਆਂ ਨਾਲ ਜੇ ਕੁਛ ਵੀ ਕਰਨਾ ਲਿਆਉਣਾ ਬਿੱਲ ਤਾਂ ਕਿਸਾਨ ਜਥੇਬੰਦੀਆਂ, ਮਜ਼ਦੂਰ ਜਥੇਬੰਦੀਆਂ ਜਾਂ ਹੋਰ ਵੀ ਜਿਹੜੇ ਸਟੇਕ ਹੋਲਡਰ ਹੈਗੇ ਆ ਉਹਨਾਂ ਨਾਲ ਚੰਗੀ ਤਰ੍ਹਾਂ ਕੰਸਲਟੇਸ਼ਨ ਕਰਦੇ। ਕੰਸਲਟੇਸ਼ਨ ਕਰਕੇ ਫਿਰ ਗੱਲ ਬਣਦੀ, ਪਰ ਉਹਨਾਂ ਨੇ ਤਾਂ ਕਿਸੇ ਨੂੰ ਪੁੱਛਿਆ ਹੀ ਨਹੀਂ। ਇਸ ਗੱਲ ਦੀ ਸਾਡੇ ਵਿੱਚ ਵੀ ਰੋਸ ਹੈਗੀ ਆ ਵੀ ਕਿਸਾਨਾਂ ਦੀ ਉਹ ਜਿਹੜੇ ਆ ਜਿਨ੍ਹਾਂ ਦੇ ਲਈ ਕਿਹਾ ਜਾ ਰਿਹਾ ਉੱਥੇ ਦੀ BJP ਗੌਰਮੈਂਟ ਵੱਲੋਂ ਇਹ ਕਿਸਾਨਾਂ ਦੇ ਹਿੱਤ ਵਿੱਚ ਬਿੱਲ ਪਾਸ ਕੀਤੇ ਜਾ ਰਹੇ ਆ, ਕਿਸਾਨ ਉਹਨੂੰ ਪ੍ਰਵਾਨ ਨਹੀਂ ਕਰਦੇ। ਕਿਸਾਨ ਕਹਿੰਦੇ ਸਾਡੇ ਵਿਰੋਧੀ ਆ, ਕਿਸਾਨਾਂ ਦੇ ਅਸਲ ਅਸੀਂ ਵੀ ਇਹ ਚੰਗੀ ਤਰ੍ਹਾਂ ਘੋਖ ਭਾਵ ਪੜਤਾਲ ਕੀਤੀ ਆ। ਇਹ ਬਿੱਲ ਨਾ ਤਾਂ ਕਿਸਾਨਾਂ ਦੇ ਹੱਕ ਵਿੱਚ ਆ, ਨਾ ਮਜ਼ਦੂਰਾਂ ਦੇ ਹੱਕ ਵਿੱਚ ਆ, ਨਾ ਆਮ ਸਧਾਰਨ ਲੋਕਾਂ ਦੇ ਹੱਕ ਵਿੱਚ ਆ, ਇਹੋ ਸਮੁੱਚੇ ਦੇਸ਼ ਵਾਸੀਆਂ ਦੇ ਵਿਰੁੱਧ ਹੈਗਾ। ਇਸ ਵੇਲੇ ਜਿਹੜਾ ਅਸੀਂ ਇਹੋ ਗੰਭੀਰਤਾ ਨਾਲ ਲਿਆ, ਅਸੀਂ ਆ ਫੈਸਲਾ ਕੀਤਾ, ਅਸੀਂ ਕਿਸਾਨ ਜਥੇਬੰਦੀਆਂ ਮਜ਼ਦੂਰ ਜਥੇਬੰਦੀਆਂ ਦੇ ਇਸ ਸੰਘਰਸ਼ ਦੀ ਪੁਰਜ਼ੋਰ ਹਮਾਇਤ ਕਰਾਂਗੇ। ਕਦੀ ਵੀ ਇਹੋ ਨਾਲ ਹਮਾਇਤ ਕਰਦੇ ਹੋਏ ਇਸ ਵੇਲੇ ਅਸੀਂ ਉਹਨਾਂ ਜਥੇਬੰਦੀਆਂ ਨੂੰ, ਉਹਨਾਂ ਸਾਰੇ ਆਪਣੇ ਵੀਰਾਂ ਭੈਣਾਂ ਨੂੰ ਇੰਸ਼ੋਰੈਂਸ ਦਿਵਾਉਂਦੇ ਹਾਂ, ਅਸੀਂ ਤੁਹਾਡੇ ਨਾਲ ਹਾਂ, ਤਨ ਮਨ ਧੰਨ ਆ।
ਦੇਖੋ ਪਹਿਲੀ ਗੱਲ ਤਾਂ ਹੈਗੀ ਆ ਕਿ ਅਸੀਂ ਜਿਹੜਾ ਇੱਥੇ ਇੰਗਲੈਂਡ ਦੇ ਵਿੱਚ ਯੂਕੇ ਦੇ ਵਿੱਚ ਵੱਖ ਵੱਖ ਭਾਗਾਂ ਦੇ ਵਿੱਚ ਸਾਰੇ ਸਾਡੇ ਹਰ ਸਿਟੀ ਵਿੱਚ ਬ੍ਰਾਂਚਾਂ ਹੈਗੀਆਂ। ਅਸੀਂ ਯੂਨੈਨੀਮਸਲੀ ਫੈਸਲਾ ਕੀਤਾ ਅਸੀਂ ਜਿਹੜੇ ਵੀ ਉੱਥੋਂ ਕੋਈ ਵੀ ਸਰਕਾਰ ਦੇ ਮਿਨਿਸਟਰ ਐਮ ਪੀ ਐਮ ਐਲ ਏ ਜਾਂ ਹੋਰ ਬੀਜੇਪੀ ਦੇ ਪ੍ਰਤੀਨਿਧ ਆਊਗੇ ਅਸੀਂ ਉਹਨਾਂ ਦਾ ਘਿਰਾਓ ਵੀ ਕਰਾਂਗੇ, ਉਹਨਾਂ ਦਾ ਵਿਰੋਧ ਵੀ ਕਰਾਂਗੇ। ਅਸੀਂ ਹਰ ਯਤਨ ਕਰਾਂਗੇ ਕਿ ਉਹ ਕਿਸਾਨਾਂ ਦੇ ਜਿਹੜੇ ਮਜ਼ਦੂਰਾਂ ਦੇ ਇਹ ਜਿਹੜੇ ਬਿੱਲ ਲਿਆਂਦੇ ਹੈਗੇ ਆ ਜਿਹਨੂੰ ਕਿ ਰਾਸ਼ਟਰਪਤੀ ਦੇ ਸਾਈਨਾਂ ਲਈ ਲੋਕ ਸਭਾ ਅਤੇ ਰਾਜ ਸਭਾ ਵਿੱਚ ਪਾਸ ਹੋ ਗਿਆ ਅਤੇ ਇਹਨੂੰ ਰਾਸ਼ਟਰਪਤੀ ਦੇ ਸਾਈਨਾਂ ਲਈ ਇਸ ਵੇਲੇ ਡਿਊ ਹੈਗਾ ਅਤੇ ਉਹ ਜੇ ਇਹੋ ਅਸੀਂ ਇਹਦਾ ਵਿਰੋਧ ਕਰਾਂਗੇ ਅਤੇ ਆਪਣੇ ਮਜ਼ਦੂਰਾਂ ਨਾਲ ਆਪਣੇ ਕਿਸਾਨ ਭਰਾਵਾਂ ਨਾਲ ਅਸੀਂ ਮੋਢੇ ਨਾਲ ਮੋਢਾ ਲਾ ਕੇ ਚੱਲਾਂਗੇ। ਤੁਸੀਂ ਆਪਣੇ ਵੱਲੋਂ ਕੀ ਮੰਗ ਪੱਤਰ ਕੋਈ ਇਹੋ ਜਿਹਾ ਦੇ ਰਹੇ ਜੇ ਭਾਰਤ ਦੇ ਪ੍ਰਧਾਨ ਮੰਤਰੀ ਭੇਜ ਰਹੇ ਜੇ ਜਾਂ ਕੋਈ ਮੰਗ ਕਰ ਰਹੇ ਜੇ ਜਿਹੜਾ ਕਿਸਾਨਾਂ ਦੀਆਂ ਮੰਗਾਂ ਵੱਲ ਧਿਆਨ ਦਿੱਤਾ ਜਾਵੇ? ਅਸੀਂ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਅਤੇ ਸਾਰੇ ਹੋਰ ਪੋਲੀਟੀਕਲ ਪਾਰਟੀਆਂ ਨੂੰ ਵੀ ਅਸੀਂ ਇੱਕ ਮੰਗ ਪੱਤਰ ਤਿਆਰ ਕੀਤਾ ਹੈਗਾ ਜਿਹਦੇ ਵਿੱਚ ਸਾਰੇ ਇਹੋ ਬਿੱਲਾਂ ਬਾਰੇ ਡਿਟੇਲ ਲਿਖਿਆ ਹੈਗਾ। ਇਹ ਕਿਸ ਤਰ੍ਹਾਂ ਕਿਸਾਨ ਵਿਰੋਧੀ ਆ, ਇਹ ਕਿਸ ਤਰ੍ਹਾਂ ਮਜ਼ਦੂਰਾਂ ਦੇ ਪੱਖ ਵਿੱਚ ਨਹੀਂ ਆਉਂਦਾ, ਇਹ ਕਿਸ ਤਰ੍ਹਾਂ ਆਮ ਜਿਹੜੀ ਪਬਲਿਕ ਵਾਸਤੇ ਹਿੱਤਾਂ ਵਿੱਚ ਨਹੀਂ, ਇਹਨੂੰ ਅਸੀਂ ਉਹਨਾਂ ਨੂੰ ਭੇਜ ਰਹੇ ਹੈਗੇ ਹਾਂ ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ ਇੰਕਲੂਡਿੰਗ ਬੀਜੇਪੀ ਦੇ ਜਿਹੜੇ ਮਿਨਿਸਟਰ ਆ ਅਤੇ ਨਾਲ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਇਹਨੂੰ ਦੁਬਾਰਾ ਵਿਚਾਰ ਕਰੋ, ਕਿਸਾਨਾਂ ਨਾਲ ਗੱਲਬਾਤ ਕਰਕੇ ਮਸਲੇ ਸੁਲਝਾਓ। ਇਹ ਇਸ ਤਰ੍ਹਾਂ ਜਿਹੜਾ ਆ ਕਿਸੇ ਵੀ ਤਰ੍ਹਾਂ ਨਾ ਕਿਸਾਨ ਪ੍ਰਵਾਨ ਕਰਨਗੇ ਜਾਂ ਭਾਰਤ ਤੋਂ ਇਲਾਵਾ ਜਿਹੜੇ ਵੱਖ ਵੱਖ ਅਸੀਂ ਵੀ ਕਿਸੇ ਵੀ ਅਸੀਂ ਵੀ ਕਿਸਾਨਾਂ ਦੇ ਪੁੱਤ ਹਾਂ, ਅਸੀਂ ਵੀ ਮਜ਼ਦੂਰਾਂ ਦੇ ਪੁੱਤ ਹਾਂ। ਅਸੀਂ ਇਹੋ ਬੇਨਿਯਮੀ ਜਿਹੜੇ ਕਿ ਬਿਲਕੁਲ ਕਦੀ ਵੀ ਪ੍ਰਵਾਨ ਨਾ ਕਰਾਂਗੇ ਇਹਦੇ 'ਤੇ ਅਸੀਂ ਸਖ਼ਤ ਵਿਰੋਧ ਕਰਦੇ ਰਹਾਂਗੇ। ਹਾਂਜੀ, ਅਸੀਂ ਸਾਰਾ ਕੁਛ ਡਿਟੇਲ ਵਿੱਚ ਇਹ ਪਹਿਲਾਂ ਇਹ ਬਿੱਲਾਂ ਨੂੰ ਸਟੱਡੀ ਕੀਤਾ, ਫਿਰ ਹਰ ਚੀਜ਼ ਦਾ ਅਸੀਂ ਉਹਦਾ ਦੱਸਿਆ ਹੈਗਾ ਕਿ ਕਿਸ ਤਰ੍ਹਾਂ ਇਹ ਕਿਸਾਨ ਵਿਰੋਧੀ ਆ, ਕਿਸ ਤਰ੍ਹਾਂ ਇਹ ਮਜ਼ਦੂਰ ਵਿਰੋਧੀ ਆ, ਕਿਸ ਤਰ੍ਹਾਂ ਆਮ ਜਿਹੜੀ ਜਨਤਾ ਹੈਗੀ ਆ ਉਹਦੇ ਵੀ ਵਿਰੋਧ ਵਿੱਚ ਜਾ ਰਿਹਾ ਹੈਗਾ। ਇਹੋ ਤਾਂ ਬਿਲਕੁਲ ਸਰਾਸਰ ਧੱਕਾ ਹੈਗਾ ਸਾਰੇ ਇਸ ਵੇਲੇ ਸਾਰੇ ਭਾਰਤ ਦੇ ਵਿੱਚ ਵਿਰੋਧ ਹੋ ਰਿਹਾ ਅਤੇ ਉੱਥੇ ਗੌਰਮੈਂਟ ਕਹਿ ਰਹੀ ਆ ਅਸੀਂ ਤੁਹਾਡੇ ਹੱਕ ਵਿੱਚ ਗੱਲ ਕਰ ਰਹੇ ਹਾਂ। ਇਹ ਕਿਸ ਤਰ੍ਹਾਂ ਵੀ ਕਿਸੇ ਵੀ ਤਰ੍ਹਾਂ ਇਹ ਸਨ ਜੀ ਸੀਤਾ ਸਿੰਘ ਗਿੱਲ ਜਿਹੜੇ ਕਿ ਗ੍ਰੇਟ ਟ੍ਰੇਨ ਐਸੋਸੀਏਸ਼ਨ ਆ ਉਹਦੇ ਜਨਰਲ ਸਕੱਤਰ ਨੇ, ਇਹਨਾਂ ਨੂੰ ਅੱਜ ਇੱਕ ਬਿਗਲ ਵਜਾਤਾ ਗਿਆ ਕਿ ਜਿਹੜਾ ਵੀ ਬੀਜੇਪੀ ਦਾ ਜਾਂ ਉੱਥੋਂ ਦਾ ਸਰਕਾਰੀ ਨੁਮਾਇੰਦਾ ਭਾਰਤ ਚ ਕਰਦਾ ਇੱਥੇ ਇੰਗਲੈਂਡ 'ਚ ਆਊਗਾ, ਜੇ ਉਹ ਸਰਕਾਰ ਦੀਆਂ ਜੇ ਕਿਸਾਨਾਂ ਦੀਆਂ ਮੰਗਾਂ ਵੱਲ ਧਿਆਨ ਨਾ ਦੇਣਗੇ ਜਾਂ ਮੰਗਾਂ ਨਾ ਮੰਨਣਗੇ ਤਾਂ ਉਹਨਾਂ ਦਾ ਇੱਥੇ ਵੱਡੇ ਪੱਧਰ 'ਤੇ ਘਿਰਾਓ ਕੀਤਾ ਜਾਊਗਾ, ਉਹਨਾਂ ਦਾ ਉਹਨਾਂ ਖਿਲਾਫ਼ ਮੁਜ਼ਾਹਰੇ ਕੀਤੇ ਜਾਣਗੇ। ਅਤੇ ਇਸ ਸੰਬੰਧੀ ਜਿਹੜਾ ਇਹਨਾਂ ਵੱਲੋਂ ਜਿਹੜਾ ਇੱਕ ਪ੍ਰਧਾਨ ਮੰਤਰੀ ਨੂੰ ਅਤੇ ਇੰਡੀਅਨ ਹਾਈ ਕਮਿਸ਼ਨ ਨੂੰ ਜਿਹੜਾ ਮੰਗ ਪੱਤਰ ਵੀ ਭੇਜਿਆ ਜਾ ਰਿਹਾ ਕਿ ਤਾਂ ਜੋ ਦੁਬਾਰਾ ਇਸ ਸੰਬੰਧੀ ਜਿਹੜਾ ਵਿਚਾਰ ਕਰਕੇ ਇੱਥੇ ਨਜ਼ਰਸਾਨੀ ਕੀਤੀ ਜਾਵੇ ਤਾਂ ਜੋ ਕਿਸਾਨਾਂ ਦੀਆਂ ਮੰਗਾਂ ਜਿਹੜੀਆਂ ਉਹ ਮੰਨੀਆਂ ਜਾਣ। ਤੁਸੀਂ ਵੇਖਦੇ ਰਹਿਣਾ ਜੀ ਇੱਦਾਂ ਜੀਤ ਵੈਬ ਟੀ ਵੀ, ਮੈਂ ਅੱਗੇ ਤੋਂ ਹੋਰ ਨਵੀਆਂ ਤਾਜ਼ੀਆਂ ਖਬਰਾਂ ਲੈ ਕੇ ਹੁੰਦਾ ਰਹਾਂਗੇ ਹਾਜ਼ਰ। ਹੁੰਦੇ ਹੋ ਜੀ ਜਾਇਦ, ਸਤਿ ਸ਼੍ਰੀ ਅਕਾਲ। ਸੋ ਇਹ ਤਸਵੀਰਾਂ ਇੰਗਲੈਂਡ ਤੋਂ ਪੱਤਰਕਾਰ ਸੁਖਜਿੰਦਰ ਸਿੰਘ ਢੱਡੇ ਨੇ ਸਾਡੇ ਨਾਲ ਸਾਂਝੀਆਂ ਕੀਤੀਆਂ, ਜਿੱਥੇ ਸਾਫ਼ ਦਿਖਾਈ ਦੇ ਰਿਹਾ ਹੈ ਕਿ ਪੰਜਾਬ ਦੇ ਵਿੱਚ ਤਾਂ ਇਹਨਾਂ ਆਰਡੀਨੈਂਸਾਂ ਦਾ ਵਿਰੋਧ ਲਗਾਤਾਰ ਕੀਤਾ ਹੀ ਜਾ ਰਿਹਾ, ਪਰ ਹੁਣ ਇੰਗਲੈਂਡ ਦੀ ਧਰਤੀ ਦੇ ਉੱਪਰ ਵੱਸਦੇ ਜਿਹੜੇ ਪੰਜਾਬੀ ਨੇ ਉਹਨਾਂ ਵੱਲੋਂ ਵੀ ਇਸ ਦੇ ਖਿਲਾਫ਼ ਆਵਾਜ਼ ਜਿਹੜੀ ਹੈ ਉਹ ਬੁਲੰਦ ਕੀਤੀ ਗਈ ਹੈ। ਸੋ ਤਸਵੀਰਾਂ ਦਿਖਾਈਆਂ, ਉੱਥੋਂ ਦੀ ਸਥਿਤੀ ਦਿਖਾਈ ਹੈ ਕਿ ਮੰਗ ਪੱਤਰ ਜਿਹੜਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਨਾਲ ਦੀ ਨਾਲ ਹਾਈ ਕਮਿਸ਼ਨ ਨੂੰ ਭੇਜਿਆ ਗਿਆ ਹੈ, ਜਿੱਥੇ ਇਹੀ ਗੱਲ ਕਹੀ ਜਾ ਰਹੀ ਹੈ ਕਿ ਜਿਹੜੇ ਆਰਡੀਨੈਂਸ ਲਿਆਂਦੇ ਗਏ ਨੇ ਖੇਤੀਬਾੜੀ ਦੇ ਨਾਲ ਸੰਬੰਧਿਤ, ਜਿਹਨਾਂ ਨੂੰ ਕੇਂਦਰ ਸਰਕਾਰ ਹਾਲਾਂਕਿ ਕਿਸਾਨ ਪੱਖ ਦਾ ਦੱਸ ਰਹੀ ਹੈ ਪਰ ਜੇਕਰ ਕਿਸਾਨਾਂ ਦੀ ਮੰਨੀਏ ਜਿਹਨਾਂ ਦੇ ਉੱਪਰ ਇਹਨਾਂ ਨੂੰ ਲਾਗੂ ਕੀਤਾ ਗਿਆ ਹੈ ਉਹੀ ਅੰਨਦਾਤਾ ਇਹਨਾਂ ਨੂੰ ਲੈ ਕੇ ਖੁਸ਼ ਨਹੀਂ ਹੈ ਅਤੇ ਲਗਾਤਾਰ ਉਸਦਾ ਹੀ ਤਿੱਖਾ ਵਿਰੋਧ ਜਿਹੜਾ ਹੈ ਉਹ ਪਿਛਲੇ ਕੁਝ ਦਿਨਾਂ ਤੋਂ ਦੇਖਣ ਨੂੰ ਮਿਲਿਆ। ਸੋ ਤਸਵੀਰਾਂ ਇੰਗਲੈਂਡ ਤੋਂ ਦਿਖਾਈਆਂ, ਸਮੇਂ ਸਮੇਂ ਦੇ ਉੱਪਰ ਜੋ ਹੋਰ ਵੀ ਅੱਜ ਦੀ ਸਥਿਤੀ ਕਿਸਾਨ ਜਥੇਬੰਦੀਆਂ ਵੱਲੋਂ ਜਾਂ ਕਿਸਾਨਾਂ ਵੱਲੋਂ ਸਾਡੇ ਤੱਕ ਪਹੁੰਚਦੀ ਰਹੇਗੀ ਤੁਹਾਡੇ ਤੱਕ ਪਹੁੰਚਾਉਂਦੇ ਰਹਾਂਗੇ। ਹੁਣ ਤੱਕ ਦੀ ਅਪਡੇਟ ਦੇ ਲਈ ਮੈਨੂੰ ਇੰਦਰਪ੍ਰੀਤ ਕੌਰ ਪੰਨੂ ਨੂੰ ਦਿਓ ਇਜਾਜ਼ਤ, ਤੁਸੀਂ ਵੇਖਦੇ ਰਹੋ ਅਜੀਤ ਵੈਬ ਟੀਵੀ। ਧੰਨਵਾਦ।